ਹੈਲੋ एवरीवन ਹਾਊ ਆਰ ਯੂ ਵੈਲਕਮ ਟੂ ਮਾਈ YouTube ਚੈਨਲ ਪਾਠਸ਼ਾਲਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਮੇਰੇ ਇਸ YouTube ਚੈਨਲ ਦੇ ਉੱਤੇ ਸੋ ਜਿੱਦਾਂ ਕਿ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕੀਤੀ ਸੀ ਕਿ ਤੁਹਾਡੇ ਲਈ ਲੈ ਕੇ ਆਉਂਗਾ ਇੱਕ ਵੀਡੀਓ ਮੈਂ ਉਦਾਂ ਹੀ ਇੱਕ ਨਵੀਂ ਵੀਡੀਓ ਲੈ ਕੇ ਆਇਆ ਪੰਜਾਬ ਜੀਕੇ ਦੀ ਜੀ ਹਾਂ ਇਹ ਪੰਜਾਬ ਜੀਕੇ ਦੀ ਜੋ ਵੀਡੀਓ ਹੈ ਉਹ ਪਿਛਲੀ ਵਾਲੀ ਵੀਡੀਓ ਤੋਂ ਥੋੜੀ ਜੀ ਅਪਰ ਹੋਏਗੀ ਬਿਕੋਜ਼ ਆਉਣ ਵਾਲੇ ਪੇਪਰ ਤੁਹਾਡੇ ਜਿੱਦਾਂ ਹੁਣ ਨੈਬ ਤਹਿਸੀਲਦਾਰ ਵਗੈਰਾ ਜੋ ਵੀ ਅਪਕਮਿੰਗ ਐਗਜ਼ਾਮਸ ਨੇ ਉਹਨਾਂ ਲਈ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ ਸੋ ਜ਼ਿਆਦਾ ਟਾਈਮ ਨਾ ਵੇਸ ਕਰਦੇ ਹੋਏ ਸ਼ੁਰੂਆਤ ਕਰਦੇ ਆਂ ਅੱਜ ਦੇ ਮੋਟੀਵੇਸ਼ਨਲ ਕੋਟ ਦੀ ਸੋ ਮੋਟੀਵੇਸ਼ਨ ਕੋਡ ਹੈ ਪੁਸ਼ ਯਰself ਬਿਕੋਜ਼ ਨੋ ਵਨ ਐਲਸ ਇਜ਼ ਗੋਇੰਗ ਟੂ ਡੂ ਇਟ ਫਾਰ ਯੂ ਆਪਣੇ ਆਪ ਨੂੰ ਪੁਸ਼ ਕਰੋ ਹਮੇਸ਼ਾ ਕਿਸੇ ਦੀ ਵੇਟ ਨਾ ਕਰੋ ਕੋਈ ਆ ਕੇ ਤੁਹਾਨੂੰ ਉਠਾਏਗਾ ਨਹੀਂ ਤੁਹਾਨੂੰ ਆਪਣੇ ਆਪ ਹੀ ਕਰਨਾ ਪੈਣਾ ਜੋ ਵੀ ਕੁਝ ਕਰਨਾ ਪੈਣਾ ਤਾਂ ਹੀ ਤੁਹਾਨੂੰ ਸਕਸੈਸ ਮਿਲ ਸਕਦੀ ਹੈ ਇਸ ਕੋ ਮੋਟੀਵੇਸ਼ਨ ਕੋਡ ਦਾ ਮਤਲਬ ਆ ਸੋ ਬੜਾ ਮੋਟੀਵੇਟ ਕਰਨ ਵਾਲਾ ਆ ਸੋ ਨੈਕਸਟ ਸਟਾਰਟ ਕਰਦੇ ਆ ਪਹਿਲੇ ਕੁਐਸਚਨ ਦੀ ਹੂ ਅਮੰਗ ਦਾ ਫਾਲੋਇੰਗ ਵਾਸ ਦਾ ਫਾਊਂਡਰ ਆਫ ਸਿੱਖ Empire ਇਨ ਪੰਜਾਬ ਪੰਜਾਬ ਦੇ ਵਿੱਚ ਸਿੱਖ Empire ਦਾ ਫਾਊਂਡਰ ਕਿਹਨੂੰ ਮੰਨੇ ਜਾਂਦਾ ਸੋ ਆਪਸ਼ਨ ਨੇ ਆਪਣੇ ਸਾਹਮਣੇ ਰਣਜੀਤ ਸਿੰਘ ਜੀ ਦਲੀਪ ਸਿੰਘ ਮਹਾ ਸਿੰਘ ਜੀ ਖੜਕ ਸਿੰਘ ਜੀ ਸੋ ਆਨਸਰ ਸਭ ਨੂੰ ਮੋਸਟਲੀ ਪਤਾ ਹੋਊਗਾ ਇਹਦਾ ਬਹੁਤ ਵੀ ਬੇਸਿਕਾ ਤਾਂ ਆਨਸਰ ਹੈਗਾ ਜੀ ਰਣਜੀਤ ਸਿੰਘ ਇਹਨੇ ਰਣਜੀਤ ਸਿੰਘ ਰਣਜੀਤ ਸਿੰਘ ਜੋ ਸੀਗੇ ਉਹਨਾਂ ਨੂੰ ਸ਼ੇਰ-ਏ-ਪੰਜਾਬ ਵੀ ਕਿਹਾ ਜਾਂਦਾ ਸੀ ਤੇ ਉਹ ਫਾਊਂਡਰ ਸੀਗੇ ਸਿੱਖ ਐਮਪਾਇਰ ਦੇ ਜਿਨ੍ਹਾਂ ਦਾ ਜੋ ਰੂਲ ਸੀਗਾ ਉਹ 1801 ਤੋਂ ਲੈ ਕੇ 1839 ਤੱਕ ਦਾ ਸੀ ਇਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਸੀ ਚੇਚਕ ਦੀ ਬਿਮਾਰੀ ਸੀ ਉਹਨਾਂ ਨੂੰ ਤੁਸੀਂ ਪਿਕਚਰ 'ਚ ਵੀ ਦੇਖ ਸਕਦੇ ਹੋ ਉਹਨਾਂ ਦੀ ਅੱਖ ਤੇ ਚੇਚਕ ਕਰਕੇ ਇਦਾਂ ਦੀ ਉਹਨਾਂ ਦੀ ਆਈਜ਼ ਹੋਈ ਪਈ ਸੀ ਸੋ ਸੈਕੰਡ ਵਨ ਇਜ਼ ਦਾ ਪੰਜਾਬ ਨੈਸ਼ਨਲ ਬੈਂਕ ਹੈਜ਼ ਸਾਈਨਡ ਐਨ ਐਗਰੀਮੈਂਟ ਵਿਦ ਵਿਚ ਟੈਲੀਕਮ ਕੰਪਨੀ ਟੂ ਰੋਲ ਆਊਟ ਓਪਨ ਮੋਬਾਈਲ ਵਾਲਟ ਸਪੀਡਵੇ ਸੋ ਸਪੀਡਵੇ ਦੇ ਨਾਲ ਸਪੀਡਵੇ ਵਾਲਟ ਹੈ ਇੱਕ ਜਿੱਦਾਂ ਤੁਹਾਡੀਆਂ ਅੱਜਕੱਲ ਤੁਸੀਂ ਆਨਲਾਈਨ ਪੇਮੈਂਟਸ ਕਰਦੇ ਹੋ ਇਸ ਤਰੀਕੇ ਲਈ ਪੀਐਨਬੀ ਨੇ ਕਿਹਦੇ ਨਾਲ ਐਗਰੀਮੈਂਟ ਕੀਤਾ ਸੋ ਪਹਿਲਾ অপਸ਼ਨ ਹੈ ਜੀ ਵੋਡਾਫੋਨ ਇੰਡੀਆ ਦੂਜਾ ਹੈ ਬੀਐਸਐਨਐਲ ਤੀਜਾ ਰੇਲਾਈਐਂਸ ਜੀਓ ਤੇ ਚੌਥਾ ਹੈ ਆਈਡੀਆ ਸੋ ਆਈਡੀਆ ਹੋ ਗਿਆ ਰिलायंस ਹੋ ਗਿਆ ਬੀਐਸਐਨਐਲ ਹੋ ਗਿਆ ਵੋਡਾਫੋਨ ਤੋਂ ਆਨਸਰ ਇਹਦਾ ਹੋ ਜਾਊਗਾ ਜੀ ਬੀਐਸਐਨਐਲ ਆਪਸ਼ਨ ਬੀ ਹੋ ਜਾਊਗਾ ਬੀਐਸਐਨਐਲ ਜਿਹੜੀ ਹੈ ਉਹਨੇ ਹੀ ਸਟੇਟ ਰਨਡ ਬੀਐਸਐਨਐਲ ਹੈਜ਼ ਸਾਈਨਡ ਐਗਰੀਮੈਂਟ ਟੂ ਰੋਲ ਆਊਟ ਓਪਨ ਮੋਬਾਈਲ ਵਾਲਟ ਸਪੀਡਵੇ ਅਕਰੋਸ 10 ਸਟੇਟ 10 ਸਟੇਟਾਂ ਦੇ ਵਿੱਚ ਸ਼ੁਰੂ ਹੋਊਗਾ ਜੀ ਇਹ ਸੋ ਪੰਜਾਬ ਨੈਸ਼ਨਲ ਬੈਂਕ ਨੇ ਇਹ ਕੀਤਾ ਸੋ ਇੰਪੋਰਟੈਂਟ ਸੀ ਤੇ ਇਹਦੇ ਵਿੱਚ ਆ ਗਿਆ ਇਹਨ ਵਿੱਚ 에য়ার ਲਾਰਡ ਦਲਹੋਜੀ ਨੇਕਸਟ ਪੰਜਾਬ ਪੰਜਾਬ ਦੇ ਉੱਤੇ ਕਦੋਂ ਉਹਨਾਂ ਨੇ ਐਨੈਕਸ ਕੀਤਾ ਲਾਰਡ ਦਲਹੋਜੀ ਸੀ ਜਿਹੜੇ ਆਪਸ਼ਨ ਹੈਗਾ ਜੀ ਇਹ 1847 ਬੀ ਹੈ 1848 ਸੀ ਆਪਸ਼ਨ ਹੈ 1849 ਤੇ ਡੀ ਹੈ 1850 ਸੋ ਆਨਸਰ ਜਿਹਨ ਜਿਹਨੂੰ ਪਤਾ ਵੀਡੀਓ ਨੂੰ ਪਾਜ਼ ਕਰਕੇ ਦੇ ਸਕਦਾ ਕਮੈਂਟ ਸੈਕਸ਼ਨ ਦੇ ਵਿੱਚ ਸੋ ਆਨਸਰ ਇਹਦਾ 1849 ਆਏਗਾ ਜੀ ਠੀਕ ਹੈ ਜੀ ਇਹ ਹੈ ਲਾਰਡ ਦਲਹੋਜੀ ਸੋ ਇਨ ਦਾ ਸੈਕੰਡ ਐਂਗਲੋ ਸਿੱਖ ਵਾਰ ਲਾਰਡ ਦਲਹੋਜੀ ਇਨ ਐਕਸਟ ਪੰਜਾਬ ਸਿੱਖਾਂ ਦੀ ਜੋ ਵਾਰ ਹੋਈ ਸੀ ਅੰਗਰੇਜ਼ਾਂ ਨਾਲ ਉਹਦੇ ਵਿੱਚ ਦਲਹੋਜੀ ਨੇ ਦੂਜੀ ਜੋ ਵਾਰ ਸੀ ਉਹਦੇ ਵਿੱਚ ਮਾਰਚ 29 1849 ਨੂੰ ਪੰਜਾਬ ਨੂੰ ਅਨੇਕਸ ਕੀਤਾ ਸੀ ਤਾਂ ਪੰਜਾਬ ਬਿਕਮ ਅ ਬ੍ਰਿਟਿਸ਼ ਪ੍ਰੋਵਿੰਸ ਉਸ ਤੋਂ ਬਾਅਦ ਪੰਜਾਬ ਕੀ ਸੀ ਬ੍ਰਿਟਿਸ਼ ਦੀ ਇੱਕ ਪ੍ਰਾਂਤ ਬਣ ਗਿਆ ਸੀ ਠੀਕ ਹੈ ਜੀ ਤਾਂ ਫੋਰਥ ਕੁਐਸਚਨ ਹੈ ਵਿਚ ਅਮੰਗ ਦਾ ਫਾਲੋਇੰਗ ਇਜ਼ ਅ ਕਾਮਨ ਇੰਡਸਟਰੀ ਇਨ ਦਾ ਭਦਰਾਵਤੀ ਕਰਨਾਟਕਾ ਚਰਕ ਦਲ ਦਲਮਿਆ ਨਗਰ ਗਵਾਲੀਅਰ ਔਖਾ ਸ ਸੂਰਜਪੁਰ ਪੰਜਾਬ ਇਹ ਸਭ ਦੇ ਵਿੱਚ ਇੱਕ ਇੰਡਸਟਰੀ ਹੈ ਜਿਹੜੀ ਬਹੁਤ ਮਸ਼ਹੂਰ ਹੈ ਇਹਨਾਂ ਵਿੱਚੋਂ ਕਿਹੜੀ ਕਾਮਨ ਇੰਡਸਟਰੀ ਹੈ ਨਾ ਸਾਰਿਆਂ ਚ ਲੱਗੀ ਹੋਈ ਆ ਸੋ ਇਹ ਵੀ ਇੰਪੋਰਟੈਂਟ ਕੁਐਸਚਨ ਸੀ ਤਾਂ ਸੂਰਜ ਸੂਰਜਪੁਰਾ ਜਿਹੜਾ ਪੰਜਾਬ ਦੇ ਵਿੱਚ ਉੱਥੇ ਇਹ ਫੈਕਟਰੀ ਲੱਗੀ ਹੋਈ ਆ ਉੱਥੇ ਇੰਡਸਟਰੀ ਲੱਗੀ ਹੋਈ ਆ ਕਿਸ ਚੀਜ਼ ਦੀ ਹੈ ਜੀ ਸਿਮਿੰਟ ਦੀ ਠੀਕ ਹੈ ਇਹ ਸਿਮਿੰਟ ਦਾ ਕਾਰਖਾਨਾ ਸਿਮਿੰਟ ਦੀ ਫੈਕਟਰੀ ਆ ਨੈਕਸਟ ਵਨ ਆ 5th ਕੁਐਸਚਨ ਫਰੋਮ ਵਿਚ ਆਫ ਦਾ ਫੋਲਿੰਗ ਪੰਜਾਬ ਐਂਡ ਹਰਿਆਣਾ ਰੀਸੀਵ ਰੇਨਫਾਲ ਇਨ ਵਿంటర్ ਅੱਜਕੱਲ ਵਿంటర్ ਦਾ ਸੀਜ਼ਨ ਚੱਲ ਰਿਹਾ ਤੁਹਾਨੂੰ ਪਤਾ ਹੈ ਤਾਂ ਪੰਜਾਬ ਤੇ ਹਰਿਆਣਾ ਦੇ ਵਿੱਚ ਮੋਸਟਲੀ ਤਾਂ ਇੰਡੀਆ ਦੇ ਵਿੱਚ ਵੀ ਕਹਿ ਸਕਦੇ ਆ ਲੇਕਿਨ ਕੁਐਸਚਨ ਦੇ ਮਤਾਬਿਕ ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜੀ ਰੇਨਫਾਲ ਹੁੰਦੀ ਆ ਵਿంటర్ ਸੀਜ਼ਨ ਦੇ ਵਿੱਚ ਸਰਦੀਆਂ ਦੇ ਮੌਸਮ ਦੇ ਵਿੱਚ ਉਹ ਕਿਸ ਕਾਰਨ ਹੁੰਦੀ ਆ ਜੀ ਤਾਂ ਆਨਸਰ ਉਹਦਾ ਆਏਗਾ ਜੀ ਤੁਸੀਂ ਸ਼ਾਇਦ ਅੰਦਾਜ਼ਾ ਲਗਾ ਲਿਆ ਹੋਊਗਾ ਤਾਂ ਆਨਸਰ ਉਹਦਾ ਆ ਜਾਏਗਾ ਜੀ ਏ ਆਪਸ਼ਨ ਵੈਸਟਰਨ ਡਿਸਟਰਬੈਂਸਸ ਠੀਕ ਹੈ ਜੀ ਤਾਂ ਵੈਸਟਰਨ ਡਿਸਟਰਬੈਂਸ ਤੁਸੀਂ ਪਿਕ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਮੂਵ ਕਰ ਰਹੀਆਂ ਨੇ ਤੋਂ ਇੰਡੀਆ ਦੇ ਉੱਤੇ ਸਭ ਤੋਂ ਪਹਿਲਾਂ ਇਹ ਪੰਜਾਬ ਹਰਿਆਣੇ ਚ ਆਉਂਦੀਆਂ ਨੇ ਸੋ ਨੈਕਸਟ ਵਨ ਕੁਐਸਚਨ ਹੈ ਤੁਹਾਡੇ ਸਾਹਮਣੇ 6th ਕੁਐਸਚਨ ਵਿਚ ਸਟਾਈਲ ਆਫ ਕਬੱਡੀ ਇਜ਼ ਨੋਨ ਐਜ਼ ਦਾ ਪੰਜਾਬੀ ਕਬੱਡੀ ਪੰਜਾਬੀ ਜੋ ਕਬੱਡੀ ਹੈ ਪੰਜਾਬ ਦੀ ਉਹਦੇ ਵਿੱਚ ਇਹਨਾਂ ਚੋਂ ਸਟਾਈਲ ਕਿਹੜਾ ਹੈ ਇੰਪੋਰਟੈਂਟ ਮਤਲਬ ਕਿ ਜੋ ਸਟਾਈਲ ਹੁੰਦਾ ਸਟੈਂਡਰਡ ਸਟਾਈਲ ਆਫ ਕਬੱਡੀ ਸਕੁਅਰ ਸਟਾਈਲ ਆਫ ਕਬੱਡੀ ਰੈਕਟੈਂਗਲ ਸਟਾਈਲ ਆਫ ਕਬੱਡੀ ਤੇ ਸਰਕਲ ਸਟਾਈਲ ਆਫ ਕਬੱਡੀ ਤਾਂ ਆਨਸਰ ਜਿਹੜਾ ਹੋ ਜੂਗਾ ਜਿਹੜੇ ਜਿਹੜੇ ਕਬੱਡੀ ਖੇਡਦੇ ਨੇ ਮੇਰੇ ਵੀਰ ਉਹਨਾਂ ਸਭ ਨੂੰ ਪਤਾ ਹੋਊਗਾ ਇਹਦਾ ਆਨਸਰ ਤਾਂ ਸਰਕਲ ਸਟਾਈਲ ਆ ਜਿਹੜੀ ਕਬੱਡੀ ਕਬੱਡੀ ਠੀਕ ਹੈ ਜੀ ਇਹ ਕਬੱਡੀ ਖੇਡ ਰਹੇ ਨੇ ਸੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਬੰਦਾ ਜਿਹੜਾ ਆ ਉਹਨੂੰ ਘੇਰਾ ਪਾਇਆ ਹੈ ਸਰਕਲ ਦੀ ਫਾਰਮ ਦੇ ਵਿੱਚ ਤਾਂ ਉਹਨੂੰ ਸਰਕਲ ਸਟਾਈਲ ਆਫ ਕਬੱਡੀ ਕਿਹਾ ਜਾਂਦਾ ਹੈ ਸੋ ਨੈਕਸਟ 7ਥ ਕੁਐਸਚਨ ਆ ਵਿਚ ਆਫ ਦਾ ਫੋਲੋਇੰਗ ਸਿਟੀ ਆਫ ਪੰਜਾਬ ਵਾਸ ਨੋਨ ਐਸ ਰਾਮਦਾਸਪੁਰ ਆਪਣੇ ਕੋਲੇ 20 ਕੁਐਸਚਨ ਨੇ ਉਹਨੂੰ ਆਪਾਂ ਥੋੜਾ ਫਾਸਟ ਕਰ ਰਹੇ ਹਾਂ ਤਾਂ ਕਿ ਵੀਡੀਓ ਛੋਟੀ ਬਣ ਜੇਵੇ ਔਰ ਸਾਰੇ ਦੇ ਸਾਰੇ ਦੇਖ ਲੈਣ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਠੀਕ ਹੈ ਬਿਕੋਜ਼ ਇਹਦੇ ਵਿੱਚ ਤੁਹਾਡੇ ਲਈ ਕੁਐਸਚਨ ਹੁੰਦੇ ਨੇ ਉਹ ਸਾਰੇ ਦੇ ਸਾਰੇ ਇੰਪੋਰਟੈਂਟ ਹੋਣਗੇ ਠੀਕ ਹੈ ਜੀ ਸੋ ਵਿਚ ਆਫ ਦਾ ਫੋਲੋਇੰਗ ਸਿਟੀ ਆਫ ਪੰਜਾਬ ਵਾਸ ਨੋਨ ਐਸ ਰਾਮਦਾਸਪੁਰ ਰਾਮਦਾਸਪੁਰ ਇਹਨਾਂ ਵਿੱਚੋਂ ਕਿਹੜੀ ਸਿਟੀ ਨੂੰ ਬੋਲਿਆ ਜਾਂਦਾ ਪਟਿਆਲਾ ਅੰਮ੍ਰਿਤਸਰ ਫਿਰੋਜ਼ਪੁਰ ਜਲੰਧਰ ਸੋ ਆਨਸਰ ਸਭ ਨੂੰ ਪਤਾ ਹੋਊਗਾ ਇਹਦਾ ਅੰਮ੍ਰਿਤਸਰ ਬਿਕੋਜ਼ ਅੰਮ੍ਰਿਤਸਰ ਜਿਹੜੀ ਉਹ ਬਾਬਾ ਜੀ RAM ਦਾ RAM ਦਾਸ ਜੀ ਸੀਗੇ ਉਹਨਾਂ ਨੇ ਇਹ ਕਰਿਆ ਸੀ ਸਿਟੀ ਨੂੰ ਫਾਊਂਡ ਕੀਤਾ ਸੀ ਤਾਂ ਉਹਨਾਂ ਦੇ ਨਾਮ ਦੇ ਉੱਤੇ ਸਿਟੀ ਦਾ ਨਾਮ ਜੋ ਰੱਖਿਆ ਗਿਆ ਠੀਕ ਹੈ ਜੀ ਸੋ ਨੈਕਸਟ ਵਨ 8th ਵਨ ਇੰਪੋਰਟੈਂਟ ਹੈ ਵੀ KPS ਗਲ uh, who was known as for rooting out militancy ਜਿਹੜਾ ਪੰਜਾਬ ਦੇ ਵਿੱਚ ਥੋੜਾ ਅਤਵਾਦ ਫੈਲ ਗਿਆ ਸੀ ਉਹਨੂੰ ਖਤਮ ਕਰਨ ਲਈ केपीएस uh, गिल जाने जाते ਨੇ ਤਾਂ ਕਿਸ ਸਟੇਟ ਨੂੰ ਬਿਲੋਂਗ ਕਰਦੇ ਨੇ ਸੋ ਹਰਿਆਣਾ ਪੰਜਾਬ ਹਿਮਾਚਲ ਪ੍ਰਦੇਸ਼ ਛੱਤੀਸਗੜ ਤੋਂ ਪੰਜਾਬ ਨੂੰ ਬਿਲੋਂਗ ਕਰਦੇ ਨੇ ਤੇ ਛੱਤੀਸਗੜ ਵੀ ਉਹ रह चुके ਨੇ uh, on ड्यूटी ਤੇ ਪੰਜਾਬ ਦੇ ਨੂੰ ਉਹ ਬਿਲੋਂਗ ਕਰਦੇ ਨੇ ਦਾ ਆਨਸਰ ਆ ਜਾਏਗਾ ਜੀ ਪੰਜਾਬ ਇਹਨੇ ਕੇਪੀਐਸ ਗਿਲ ਦਾ ਪੈਰਾਮਾਉਂਟ ਕਾਪ ਠੀਕ ਹੈ ਨਾ ਤੇ ਬੁੱਕ ਵੀ ਆਈ ਹੋਈ ਹੈ ਜੀ ਇੱਕ ਨਾਇਨਥ ਵਨ ਇਜ਼ ਵਿਚ ਬਾਲੀਵੁੱਡ ਪਰਸਨੈਲਿਟੀ ਹੈਜ਼ ਬੀਨ ਆਨਰਡ ਵਿਦ ਦਾ ਲਿਵਿੰਗ ਲੈਜੈਂਡ ਲਾਈਫਟਾਈਮ ਅਵਾਰਡ ਬਾਏ ਦਾ ਪੰਜਾਬ ਐਸੋਸੀਏਸ਼ਨ ਪੰਜਾਬ ਐਸੋਸੀਏਸ਼ਨ ਨੇ ਨੂੰ ਕਿਹੜੇ ਬਾਲੀਵੁੱਡ ਪਰਸਨਲਿਟੀ ਨੂੰ ਲਾਈਫਟਾਈਮ ਅਵਾਰਡ ਜਿਹੜਾ ਹੈ ਉਹ ਸਨਮਾਨਿਤ ਕੀਤਾ ਉਹਦੇ ਨਾਲ ਤਾਂ ਅਨਸਰ ਜਿਹੜੇ অপਸ਼ਨ ਨੇ ਉਹ ਹੈਗਾ ਕਮਿਨੀ ਕੌਸ਼ਲ ਜੀ ਅਮਿਤਾਬ ਬਚਨ ਦਿਲਪ ਕੁਮਾਰ ਡੀ ਐ ਸ਼ਤਰੂਗੰਨ ਸਿਨਾ ਸੋ ਅਨਸਰ ਇਹਦਾ ਆ ਜਾਏਗਾ ਜੀ ਸੀ অপਸ਼ਨ ਦਿਲਪ ਕੁਮਾਰ ਜੀ ਇਹਨੇ ਦਿਲਪ ਕੁਮਾਰ ਉਹਨਾਂ ਦੇ ਘਰੇ ਜਾ ਕੇ ਜਿਹੜੇ ਐਸੋਸੀਏਸ਼ਨ ਵਾਲਿਆਂ ਨੇ ਮੁੰਬਈ ਦੇ ਵਿੱਚ ਉਹਨਾਂ ਦਾ ਘਰ ਹੈ ਤਾਂ ਉਹਨਾਂ ਨੂੰ ਜਾ ਕੇ ਉਹ ਅਵਾਰਡ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਇਹ ਪਿਕਚਰ ਤੁਸੀਂ ਦੇਖ ਸਕਦੇ ਹੋ ਦਿਲੀਪ ਕੁਮਾਰ ਜੀ ਠੀਕ ਹੈ ਜੀ ਨੈਕਸਟ ਵਨ 10th ਕੁਐਸਚਨ ਦਸਵਾਂ ਕੁਐਸਚਨ ਹੈ ਜੀ ਰਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾ ਜਿਹੜੀ ਆ ਉਹ ਕਿੱਥੇ ਕਿਹੜੇ ਡਿਸਟ੍ਰਿਕਟ ਦੇ ਵਿੱਚ ਆ ਠੀਕ ਹੈ ਸੋ ਇਹ ਹੈ অপਸ਼ਨ ਲੁਧਿਆਣਾ ਪਟਿਆਲਾ ਜਲੰਧਰ ਤੇ ਅੰਮ੍ਰਿਤਸਰ ਸੋ ਆਨਸਰ ਇਹਦਾ ਹੋ ਜਾਏਗਾ ਜੀ ਪਟਿਆਲਾ ਪਟਿਆਲੇ ਦੇ ਵਿੱਚ ਇਹ ਪਿਕਚਰ ਤੁਸੀਂ ਦੇਖ ਸਕਦੇ ਹੋ ਕਿ ਲਾ ਯੂਨੀਵਰਸਿਟੀ ਹੈ ਜਿਹੜੀ ਰਜੀਵ ਗਾਂਧੀ ਉਹਦੀ ਪਿਕਚਰ ਦਿਖਾਈ ਗਈ ਹੈ ਸੋ ਇਹ 2006 ਦੇ ਵਿੱਚ ਸਟੈਬਲਿਸ਼ ਕੀਤੀ ਗਈ ਸੀ ਸੋ ਇਹ ਜਾਨੀ ਕਿ ਲੀਗਲ এডਿਕੇਸ਼ਨ ਨੂੰ ਪ੍ਰਮੋਟ ਕਰਨ ਲਈ ਲਾ ਲੋ ਜਾਂ ਔਰਲ ਵਸਤੇ ਹੈ ਔਰ ਉਸ ਫੀਲਡ ਦੇ ਵਿੱਚ ਉਹਨਾਂ ਨੂੰ ਪ੍ਰਮੋਟ ਕਰਨ ਲਈ ਇਹ ਯੂਨੀਵਰਸਿਟੀ 2006 ਦੇ ਵਿੱਚ ਸਟੈਬਲਿਸ਼ ਕੀਤੀ ਗਈ ਸੀ ਠੀਕ ਹੈ ਜੀ ਜੋ ਪਟਿਆਲੇ ਦੇ ਵਿੱਚ ਲੋਕੇਟਡ ਹੈ ਨੈਕਸਟ ਵਨ ਹੈ 11ਵਾਂ ਕੁਐਸਚਨ ਵੇਅਰ ਇਜ਼ ਅ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਿਚੁਏਟਿਡ ਸੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅਨਸਰ ਥੋੜਾ ਜਿਹਾ ਜਿਆਦਾ ਸੌਖਾ ਹੈ ਲੇਕਿਨ ਚਲੋ ਦੇਖਦੇ ਹਾਂ ਕਿ ਨਾ ਕਿਨਾਂ ਥੋੜਾ ਗਲਤ ਜਿਹਨੂੰ ਨਹੀਂ ਪਤਾ ਸੀ ਉਹਨਾਂ ਨੂੰ ਪਤਾ ਲੱਗ ਜਾਏਗਾ ਇਹ ਜਲੰਧਰ ਬੀ ਪਟਿਆਲਾ ਸੀ ਫਿਰੋਜ਼ਪੁਰ ਤੇ ਡੀ ਲੁਧਿਆਣਾ ਸੋ ਆਨਸਰ ਇਹਦਾ ਹੋ ਜਾਏਗਾ ਜੀ ਡੀ ਆਪਸ਼ਨ ਲੁਧਿਆਣਾ ਵੈਰੀ ਸਿੰਪਲ ਠੀਕ ਹੈ ਜੀ ਇਹ ਸਟੇਟ ਐਗਰੀਕਲਚਰ ਯੂਨੀਵਰਸਿਟੀ ਆ ਪੀਏਯੂ ਦੇ ਨਾਮ ਨਾਲ ਜਾਣੀ ਜਾਂਦੀ ਹੈ ਯੂਨੀਵਰਸਿਟੀ ਆ ਜਿਹੜੀ ਲਾਰਜੈਸਟ ਹੈ ਆਪਣੇ ਏਸ਼ੀਆ ਦੇ ਵਿੱਚ ਠੀਕ ਹੈ ਸੋ 12ਵਾਂ ਕੁਐਸਚਨ ਆ ਵੇਅਰ ਇਜ਼ ਅ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸਿਚੁਏਟਿਡ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਇੱਕ ਸਾਂਝੀ ਹੈ ਜਿਹੜੀ ਉਹ ਕੋਰਟ ਹੈ ਸੋ ਉਹ ਕਿਹੜੇ ਜਗ੍ਹਾ ਹੈ ਸਿਚੁਏਟਿਡ ਆ ਪਟਿਆਲਾ ਚੰਡੀਗੜ੍ਹ ਲੁਧਿਆਣਾ ਫਿਰੋਜ਼ਪੁਰ ਸੋ ਆਨਸਰ ਆ ਜਾਏਗਾ ਜੀ ਚੰਡੀਗੜ੍ਹ ਚੰਡੀਗੜ੍ਹ ਦੇ ਜੋ ਸਾਰੇ ਕੰਮ ਨੇ ਪੰਜਾਬ ਦੇ ਜੋ ਕੰਮ ਨੇ ਜਾਂ ਹਰਿਆਣਾ ਦੇ ਜੋ ਕੰਮ ਨੇ ਉਹ ਸਾਰੇ ਉੱਥੇ ਹੁੰਦੇ ਨੇ ਠੀਕ ਹੈ ਜੀ ਉਹ ਇਸ ਪਿਕਚਰ ਤੁਹਾਨੂੰ ਦਿਖਾਇਆ ਗਿਆ ਇਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇਜ਼ ਅ ਕਾਮਨ ਹਾਈ ਕੋਰਟ ਫॉर द ਇੰਡੀਅਨ ਸਟੇਟਸ ਆਫ ਪੰਜਾਬ ਹਰਿਆਣਾ ਐਂਡ ਯੂਟੀ ਚੰਡੀਗੜ੍ਹ ਵਾਸਤੇ ਵੀ ਠੀਕ ਹੈ ਜੀ ਸੋ ਨੈਕਸਟ ਵਨ ਹੈ ਇਰਮਾ ਕੁਐਸਚਨ ਵੇਅਰ ਇਜ਼ ਅ ਰੇਲ ਕੋਚ ਫੈਕਟਰੀ ਸਿਚੁਏਟਿਡ ਇਨ ਦਾ ਪੰਜਾਬੇ ਬਹੁਤ ਵਾਰੀ ਕੁਐਸਚਨ ਆਇਆ ਹੋਇਆ ਹੈ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਪਠਾਨਕੋਟ ਪੀ ਕਪੂਰਥਲਾ ਸੀ ਅਮ੍ਰਿਤਸਰ ਡੀ ਬਠਿੰਡਾ ਸੋ ਆਨਸਰ ਇਹਦਾ ਹੋ ਜਾਏਗਾ ਜੀ ਕਪੂਰਥਲਾ ਕਪੂਰਥਲੇ ਦੇ ਵਿੱਚ ਰੇਲ ਕੋਚ ਫੈਕਟਰੀ ਹੈ ਜਿਹੜੀ ਆ ਪਿਕਚਰ ਤੁਸੀਂ ਦੇਖ ਸਕਦੇ ਹੋ ਇਹ ਸਿਚੁਏਟਿਡ ਸੋ ਮੈਨੂਫੈਕਚਰਿੰਗ ਯੂਨਿਟ ਇੰਡੀਅਨ ਰੇਲਵੇਜ਼ ਦਾ ਪੰਜਾਬ ਦੇ ਵਿੱਚ ਕਪੂਰਥਲੇ ਦੇ ਵਿੱਚ ਆ ਤੁਸੀਂ ਇਦਾਂ ਕਹਿ ਸਕਦੇ ਹੋ ਜਲੰਧਰ ਫਿਰੋਜ਼ਪੁਰ ਰੇਲਵੇ ਲਾਈਨ ਦੇ ਉੱਤੇ ਇਹ ਬਣਿਆ ਹੋਇਆ ਇੱਥੇ ਫੈਕਟਰੀ ਹੈ ਇੱਕ ਤਰੀਕੇ ਨਾਲ ਸੋ 14ਵਾਂ ਕੁਐਸਚਨ ਹੈ ਤੁਹਾਡੇ ਸਾਹਮਣੇ ਵਿਚ ਸਿਟੀ ਆਫ ਪੰਜਾਬ ਇਜ਼ ਫੇਮਸ ਫॉर ਫਰਨੀਚਰ ਫਰਨੀਚਰ ਵਾਸਤੇ ਫਰਨੀਚਰ ਦੇ ਲਈ ਪੰਜਾਬ ਦੀ ਕਿਹੜੀ ਸਿਟੀ ਹੈ ਜਿਹੜੀ ਮਸ਼ਹੂਰ ਮੰਨੀ ਜਾਂਦੀ ਹੈ ਸੋ ਆਪਸ਼ਨ ਤੁਹਾਡੇ ਸਾਹਮਣੇ ਅੰਮ੍ਰਿਤਸਰ ਬੀ ਕਰਤਾਰਪੁਰ ਸੀ ਕੋਟਕਪੂਰਾ ਐਂਡ ਡੀ ਖੰਨਾ ਸੋ ਆਨਸਰ ਆ ਜਾਏਗਾ ਜੀ ਕਰਤਾਰਪੁਰ ਕਰਤਾਰਪੁਰ ਸਿਟੀ ਦੇ ਵਿੱਚ ਫਰਨੀਚਰ ਬਣਾਉਣ ਦਾ ਕੰਮ ਜਿਹੜਾ ਆ ਜਿਆਦਾ ਕੀਤਾ ਜਾਂਦਾ ਉਹਦੇ ਲਈ ਉਹ ਮਸ਼ਹੂਰ ਪਣੀ ਜਾਂਦੀ ਆ ਸੋ 15th ਕੁਐਸਚਨ ਹੈ ਵੇਅਰ ਇਜ਼ ਦਾ ਗੁਰੂ ਗੋਬਿੰਦ ਆਇਲ ਗੁਰੂ ਗੋਬਿੰਦ ਆਇਲ ਰਿਫਾਇਨਰੀ ਸਿਚੁਏਟਿਡ ਇਨ ਪੰਜਾਬ ਅੰਮ੍ਰਿਤਸਰ ਬਠਿੰਡਾ ਪਠਾਨਕੋਟ ਢੀ ਲੁਧਿਆਣਾ ਸੋ ਇਹਦਾ ਆਨਸਰ ਹੋ ਜਾਏਗਾ ਜੀ ਬਠਿੰਡਾ ਬਠਿੰਡੇ ਦੇ ਵਿੱਚ ਗੁਰਗੋਬਿੰਦ ਆਇਲ ਰਿਫਾਇਨਰੀ ਦੀ ਬਠਿੰਡੇ ਦੀ ਸੋ ਗੁਰਗੋਬਿੰਦ ਸਿੰਘ ਰਿਫਾਇਨਰੀ ਇਸ ਆ ਰਿਫਾਇਨਰੀ ਓਨਡ ਬਾਈ ਐਚ ਪੀ ਸੀ ਐਲ HPCL ਤੇ Mittal Energy ਹੈ ਜਿਹੜੀ ਉਹਨਾਂ ਦੋਨਾਂ ਦਾ ਇਹ ਕੀ ਨਾਮ ਹੈ জয়েন্ট वेंचर ਹੈ ਠੀਕ ਆ ਸੋ ਇਹ ਰਾਮਾ ਮੰਡੀ ਇਹ ਬਠਿੰਡੇ ਦੇ ਵਿੱਚ ਸਿਚੁਏਟਿਡ ਆ ਸੋ 16 ਕੁਸ਼ਨ ਹੂ ਇਜ਼ ਦਾ ਆਥਰ ਆਫ ਦਾ ਬੁੱਕ ਇੰਪੋਰਟੈਂਟ ਹੈ ਬਹੁਤ ਕੁਸ਼ਨ ਦਾ ਹਿਸਟਰੀ ਆਫ ਸਿਕਸ ਇਹ ਸਿੱਖਾਂ ਦੀ ਜੋ ਇਤਿਹਾਸ ਹੈ ਉਹਨਾਂ ਬਾਰੇ ਬੁੱਕ ਹੈ ਜਿਹੜੀ ਉਹਨਾਂ ਦੇ ਆਥਰ ਕੌਣ ਨੇ A ਮਿਲਖਾ ਸਿੰਘ B ਰਣਜੀਤ ਸਿੰਘ C ਅਮਰਿੰਦਰ ਸਿੰਘ ਐਂਡ D ਖੁਸ਼ਵੰਤ ਸਿੰਘ ਜੀ ਸੋ ਆਨਸਰ ਆ ਜਾਏਗਾ ਜੀ D ਆਪਸ਼ਨ ਖੁਸ਼ਵੰਤ ਸਿੰਘ ਸੋ ਇਹ ਹੈ ਬੁੱਕ ਦਾ ਜੋ ਫਰੰਟ ਪੇਜ ਠੀਕ ਹੈ ਜੀ ਸਭ ਨੂੰ ਦਿਖ ਰਿਹਾ ਹੋਗਾ ਵਿਜੀਬਲ ਹੋਗਾ ਆਈ ਥਿੰਕ ਸੋ ਸੋ ਨੈਕਸਟ ਵਨ ਆ ਗਿਆ ਆਪਣਾ 17ਵਾਂ ਕੁਐਸਚਨ ਐਟ ਵਿਚ ਪਲੇਸ ਰਿਵਰ ਸਤਲੁਜ ਮਰਜ ਵਿਦ ਦ ਰਿਵਰ ਬਿਆਸ ਠੀਕ ਹੈ ਜੀ ਆਈ ਥਿੰਕ ਇੱਕ ਕੁਐਸਚਨ ਮਿਸਪਲੇਸ ਹੋ ਗਿਆ ਚਲੋ ਕੋਈ ਗੱਲ ਨਹੀਂ ਐਟ ਜਿੰਨੇ ਕੁਐਸਚਨ ਆਗੇ ਹੋ ਇੰਪੋਰਟੈਂਟ ਨੇ ਤੁਹਾਡੇ ਲਈ ਸੋ ਉਸ ਤਰੀਕੇ ਨਾਲ ਆਪਾਂ ਲੈ ਕੇ ਆਏ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਔਰ ਬੇਸਿਕ ਕੁਐਸਚਨਸ ਨੇ ਜਿਹੜੇ ਆਪਾਂ ਪੁੱਛਿਆ ਨੇ ਉਹਨਿਆ ਸੋ ਇਹਨਾਂ ਨੂੰ ਕਰਨਾ ਬਹੁਤ ਜ਼ਰੂਰੀ ਹੈ ਐਟ ਵਿਚ ਪਲੇਸ ਰਿਵਰ ਸਤਲੁਜ ਮਰਜ ਵਿਦ ਰਿਵਰ ਬਿਆਸ ਇਹਨਾਂ ਵਿੱਚੋਂ ਕਿਹੜੀ ਜਿਹੜੀ ਜਗ੍ਹਾ ਹੈ ਉੱਥੇ ਸਤਲੁਜ ਤੇ ਬਿਆਸ ਹੈ ਜਿਹੜਾ ਉੱਥੇ ਮੇਲ ਹੁੰਦਾ ਮਰਜ ਹੁੰਦੀਆਂ ਨੇ ਉਹ ਜਗ੍ਹਾ ਦਾ ਨਾਮ ਦੱਸਣਾ A ਪਠਾਨਕੋਟ B ਹਰੀਕੇਪਤਨ C ਫਾਜ਼ਿਲਕਾ ਫਾਜ਼ਿਲਕਾ D ਬਠਿੰਡਾ ਸੋ ਆਨਸਰ ਆ ਜਾਏਗਾ ਜੀ B ਆਪਸ਼ਨ ਹਰੀਕੇਪਤਨ ਸੋ ਹਰੀਕੇਪਤਨ ਹੈ ਨਾ ਜਿਹੜਾ ਉਹ ਇਸ ਜਗ੍ਹਾ ਦਾ ਦੇਖੋ ਲੋਕੇਸ਼ਨ ਦਿਖਾਈ ਹੋਈ ਹੈ ਉੱਥੇ ਵਰਲਡ ਲਾਈਫ ਸੈਂਚਰੀ ਜਿਹੜੀ ਆ ਉਹ ਵੀ ਹੈ ਤਾਂ ਇਹਦੇ ਵਿੱਚ ਇੱਕ ਇੰਪੋਰਟੈਂਟ ਪੁਆਇੰਟ ਇਹ ਲਿਖਿਆ ਹੋਇਆ ਕਿ ਰਾਮਸਰ ਸਾਈਟ ਦਾ ਨਾਮ ਨਾਲ ਵੀ ਇਹਨੂੰ ਜਾਣਿਆ ਜਾਂਦਾ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕਿੰਨੀਆਂ ਰਾਮਸਰ ਸਾਈਟਸ ਨੇ ਤੁਸੀਂ ਕਮੈਂਟ ਸੈਕਸ਼ਨ 'ਚ ਇਹਦਾ ਆਨਸਰ ਜ਼ਰੂਰ ਦੱਸਣਾ ਜੀ ਠੀਕ ਹੈ ਜਿੰਨੇ ਵੀ ਬੱਚੇ ਇਸ ਕੁਐਸਚਨ ਇਸ ਸੀਰੀਜ਼ ਨੂੰ ਦੇਖ ਰਹੇ ਨੇ ਸੋ ਵਰਲਡ 버드 ਸੈਂਚਰੀ ਹੈ ਜਿਹੜੀ ਉਹ ਵੀ ਇਹਨੇ ਨਾਂ ਸਟੇਟ ਗਵਰਨਮੈਂਟ ਇਹਨਾਂ ਨੂੰ ਮਤਲਬ ਕਿ ਇੱਕ ਨਾਮ ਦਿੱਤਾ ਹੈ ਡਿਕਲੇਅਰ ਕੀਤਾ ਹੈ 1992 ਦੇ ਵਿੱਚ ਠੀਕ ਹੈ 2008 ਦੇ ਵਿੱਚ ਆ ਰਾਮਸਰ ਕਨਵੈਕਸ਼ਨ ਜੋ ਇੱਕ ਉਹ ਸੀਗਾ ਠੀਕ ਹੈ ਤੋਂ ਹਾਂ ਠੀਕ ਹੈ 1992 ਦੇ ਵਿੱਚ ਇਹਨੂੰ ਇੱਕ ਬਰਡ ਸੈਂਚਰੀ ਦੇ ਨਾਮ ਨਾਲ ਡਿਕਲੇਅਰ ਕੀਤਾ ਗਿਆ ਠੀਕ ਹੈ ਸੋ ਨੈਕਸਟ ਵਨ ਕੁਐਸਚਨ ਆਈ ਥਿੰਕ ਅੱਗੇ ਬੀਚੇ ਹੋਗੇ ਕੁਐਸਚਨ ਵਿਚ ਨੈਸ਼ਨਲ ਹਾਈਵੇ ਕਨੈਕਟ ਦਿੱਲੀ ਵਿਦ ਵਾਗਾ ਬਾਰਡਰ ਦਿੱਲੀ ਦੇ ਨਾਲ ਬਾਗਾ ਬਾਰਡਰ ਆ ਜਿਹੜਾ ਉਸ ਤੇ ਉਤੇ ਰੋਡ ਆ ਜੋ ਮੇਨ ਉਸ ਨੈਸ਼ਨਲ ਹਾਈਵੇ ਦਾ ਨਾਮ ਕੀ ਹੈ NH1 NH5 NH2 NH9 ਸੋ ਆਨਸਰ ਆ ਜਾਏਗਾ ਜੀ NH1 ਇਹ ਹੈ NH1 ਠੀਕ ਹੈ ਜੀ NH1 ਆ ਜਿਹੜਾ ਅੰਮ੍ਰਿਤਸਰ ਤੋਂ ਜੇ ਦਿੱਲੀ ਜਾਣਾ ਹੋਵੇ ਤਾਂ ਵੱਡਾ ਜਿਹੜਾ ਰੋਡ ਆ ਉਹ NH1 ਹੈ ਉਹ ਠੀਕ ਹੈ ਜੀ ਨੈਕਸਟ ਵਨ ਆ ਗਿਆ 19ਵਾਂ ਕੁਐਸਚਨ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ is situated in which city of punjab guru ramdas ji international airport kehdi jagah situated ha punjab de vich jalandhar patiala amritsar te di bathinda so answer ida a jayega ji amritsar theek hai i hope sabnu pata huga a a the guru ramdas ji international airport is an international airport about 11 km northwest of the city of ਅੰਮ੍ਰਿਤਸਰ ਠੀਕ ਹੈ ਜੀ ਅੰਮ੍ਰਿਤਸਰ ਦੇ ਲਾਗੇ 11 ਕਿਲੋਮੀਟਰ ਨੇੜੇ ਪੈਂਦਾ ਹੈ ਇਹ ਸੋ ਜੋ ਆਪਣੇ ਗੁਰੂ ਰਾਮਦਾਸ ਜੀ ਸੀਗੇ ਉਹ ਚੌਥੇ ਗੁਰੂ ਸੀ ਜੀ ਸਿੱਖਾਂ ਦੇ 20ਵਾਂ ਕੁਐਸਚਨ ਹੈਗਾ ਵੇਅਰ ਇਜ਼ ਦਾ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਸਿਚੁਏਟਿਡ ਇਹ ਵੀ ਇੰਪੋਰਟੈਂਟ ਕੁਐਸਚਨ ਆ ਇਹ ਆਏ ਹੋਏ ਪਿਛਲੇ ਜਿੰਨੇ ਵੀ ਕੁਐਸਚਨਸ ਨੇ ਨਾ ਇਹ ਸਾਰੇ ਆਏ ਹੋਏ ਨੇ ਸੋ ਤਾਂ ਹੀ ਮੈਂ ਤੁਹਾਡੇ ਲਈ ਇੱਕ ਕੁਐਸਚਨ ਦੀ ਇੱਕ ਵੀਡੀਓ ਬਣਾਉਣਾ ਤਾਂ ਕਿ ਜੋ YouTube ਤੇ ਬੱਚੇ ਬੈਠੇ ਨੇ ਫ੍ਰੀ ਆਫ ਕਾਸਟ ਇਹਨੂੰ ਪੜ ਸਕਣ ਠੀਕ ਹੈ ਜੀ ਸੋ so, A ਆਪਸ਼ਨ ਆਏਗਾ ਜੀ ਅੰਮ੍ਰਿਤਸਰ B ਪਟਿਆਲਾ C ਲੁਧਿਆਣਾ ਤੇ D ਜਲੰਧਰ ਸੋ ਆਨਸਰ ਇਹਦਾ ਹੋ ਜਾਏਗਾ ਜੀ ਪਟਿਆਲਾ ਬਿਲਕੁਲ ਪਟਿਆਲੇ ਦੇ ਵਿੱਚ ਹੀ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਜਿਹੜਾ ਹੈ ਉਹ ਸਿਚੁਏਟਿਡ ਹੈਗਾ ਠੀਕ ਹੈ ਜੀ ਸੋ ਏਸ਼ੀਆ ਦਾ ਇਹ ਲਾਰਜੈਸਟ ਸਪੋਰਟਸ ਇੰਸਟੀਚਿਊਟ ਹੈ ਜਿਹੜਾ ਕਿ ਪਟਿਆਲੇ ਦੇ ਵਿੱਚ ਹੈ ਠੀਕ ਹੈ ਸੋ ਹੋਮਵਰਕ ਕੁਸ਼ਨ ਜਿੱਦਾਂ ਕਿ ਮੈਂ ਹਮੇਸ਼ਾ ਤੁਹਾਡੇ ਲਈ ਲੈ ਕੇ ਆਉਣਾ ਇੱਕ ਬੱਚੇ ਵੀਡੀਓ ਨੂੰ ਆਈ ਥਿੰਕ ਘੱਟ ਦੇਖਦੇ ਨੇ ਲੇਕਿਨ ਜੋ ਜੋ ਇਸ ਵੀਡੀਓ ਨੂੰ ਦੇਖ ਰਿਹਾ ਪਲੀਜ਼ ਅਨਸਰ ਜ਼ਰੂਰ ਦਿਆ ਕਰੋ ਠੀਕ ਹੈ ਤਾਂ ਕਿ ਮੈਨੂੰ ਵੀ ਪਤਾ ਲੱਗ ਜਾਂਦਾ ਕਿ ਹਾਂ ਤੁਹਾਨੂੰ ਉਹ ਕੁਐਸਚਨ ਆਉਂਦੇ ਆ ਮਤਲਬ ਕਿ ਅਨਸਰ ਜ਼ਰੂਰ ਦਿਆ ਕਰੋ ਸੋ ਵਿਚ ਫੀਮੇਲ ਫੋਕ ਸਿੰਗਰ ਇਜ਼ ਪੋਪੂਲਰਲੀ ਨੋਨ ਐਸ ਨਾਈਟਿੰਗੇਲ ਆਫ ਪੰਜਾਬ ਨਾਈਟਿੰਗੇਲ ਆਫ ਪੰਜਾਬ ਦੇ ਨਾਲ ਨਾਮ ਨਾਲ ਕਿਹੜੇ ਫੋਕ ਜੋ ਫੀਮੇਲ ਸਿੰਗਰ ਹੈ ਉਹਨੂੰ ਜਾਣਿਆ ਜਾਂਦਾ ਹੈ ਪੰਜਾਬ ਦੇ ਠੀਕ ਹੈ ਜੀ ਸੋ ਆਪਣਾ ਜੋ ਕਮੈਂਟ ਹੈ ਉਹ ਕਮੈਂਟ ਸੈਕਸ਼ਨ ਚ ਜ਼ਰੂਰ ਦਿਓ ਜੀ ਠੀਕ ਹੈ ਸੋ ਪਲੀਜ਼ ਇਹਨੂੰ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤੇ ਲਾਈਕ ਕਰੋ ਇਸ ਵੀਡੀਓ ਨੂੰ ਠੀਕ ਹੈ ਸੋ ਥੈਂਕ ਯੂ ਸੋ ਮੱਚ ਗਾਇਜ਼ ਜਿਨਾ ਜਿਨਾ ਜੋ ਜੋ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਬੱਚੇ ਜਿਹੜੇ ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਜਾਂ ਲਾਈਕ ਕਰ ਰਹੇ ਨੇ ਉਹਨਾਂ ਦਾ ਵੀ ਬਹੁਤ ਦਿਲੋਂ ਧੰਨਵਾਦ ਆ ਸੋ ਸੋ ਜਿਹੜੇ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ ਉਹ ਅ ਪਲੀਜ਼ ਇਹਨੂੰ ਸ਼ੇਅਰ ਜਾਂ ਲਾਈਕ ਜ਼ਰੂਰ ਕਿਹਾ ਕਰਿਆ ਕਰੋ ਤੇ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਉਹ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਹੋਰ ਅੱਗੇ ਆਉਣ ਵਾਲੀਆਂ ਵੀਡੀਆ ਵੀਡੀਓ ਦਾ ਵੀ ਉਹਨਾਂ ਨੂੰ ਪਤਾ ਲੱਗ ਚੁਕੇ ਸੋ ਥੈਂਕ ਯੂ ਸੋ ਮੱਚ ਗਾਇਜ਼ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ